ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਗੇਨ ਨਵੀਂ ਵੀਜ਼ਾ ਸਕਸੈਸ ਸਟੋਰੀ ਦੇ ਨਾਲ ਹਾਜ਼ਰ ਹੋਏ ਹਾਂ ਜੀ। ਅੱਜ ਨੇ ਮੇਰੇ ਨਾਲ ਸੁਖਜੀਤ ਕੌਰ, ਜਿਨ੍ਹਾਂ ਦਾ ਕੈਨੇਡਾ ਦਾ ਵੀਜ਼ਾ ਗ੍ਰਾਂਟ ਹੋ ਗਿਆ। ਸੋ ਸੁਖਜੀਤ ਬੇਸਿਕਲੀ ਕਪੂਰਥਲਾ ਤੋਂ ਬਿਲੋਂਗ ਕਰਦੇ ਨੇ। ਸਭ ਤੋਂ ਪਹਿਲੇ ਕੰਗਰੈਚੁਲੇਸ਼ਨ ਸੁਖਜੀਤ। ਸੋ ਥੋੜ੍ਹਾ ਜਿਹਾ ਤੁਹਾਨੂੰ ਆਪਦੇ ਬਾਰੇ ਥੋੜ੍ਹਾ ਜਿਹਾ ਦੱਸਿਓ, ਕੀ ਪ੍ਰੋਫਾਈਲ ਸੀਗੀ ਤੁਹਾਡੀ, ਓਮ ਗਲੋਬਲ ਦੇ ਬਾਰੇ ਤੁਹਾਨੂੰ ਕਿੱਦਾਂ ਪਤਾ ਲੱਗਿਆ? ਸਰ ਮੇਰੇ ਆਈਲੈਟਸ ਚ ਓਵਰਆਲ 6 ਬੈਟ ਸੀ, 5.5 ਰੇਟਿੰਗ ਚ ਸੀ, ਤੇ ਇਸ ਤੋਂ ਪਹਿਲਾਂ ਮੇਰੀ ਇੱਕ ਰਿਫਿਊਜ਼ਲ ਵੀ ਆਈ ਸੀ। ਫਾਈਨ। ਸੋ ਪਲੱਸ 2 ਤੁਹਾਡੀ 2022 ਦੇ ਵਿੱਚ ਹੈ, ਉਸ ਤੋਂ ਬਾਅਦ ਆਇਲਸ ਕੀਤੀ ਹੈ, ਇੱਕ ਮੋਡਿਊਲ ਚ 5.5 ਹੈ ਤੇ ਰਿਫਿਊਜ਼ਲ ਵੀ ਸੀਗੀ। ਕਿੰਨਾ ਘਾਟਾ ਖਾ ਲਿਆ ਰਿਫਿਊਜ਼ਲ ਤੋਂ? 1.5 ਲੱਖ ਰੁਪਏ ਨੁਕਸਾਨ ਹੋਇਆ। ਸੋ ਓਮ ਗਲੋਬਲ ਬਾਰੇ ਤੁਹਾਨੂੰ ਜਨਰਲੀ ਕਿੱਦਾਂ ਪਤਾ ਲੱਗਿਆ? ਇੰਸਟਾਗ੍ਰਾਮ ਤੋਂ ਪਤਾ ਲੱਗਿਆ। ਸੋ ਫਾਈਲ ਦੇ ਵਿੱਚ 2 ਸਾਲ ਦਾ ਗੈਪ ਪਲੱਸ 1 ਮੋਡਿਊਲ ਚ 5.5 ਬੈਂਡ ਤੇ 1 ਰਿਫਿਊਜ਼ਲ ਨਾਲ ਸਮਾਂ ਤੇ ਬਰਬਾਦ ਕੀਤਾ, 1.5 ਲੱਖ ਰੁਪਏ ਦਾ ਵੀ ਨੁਕਸਾਨ ਹੋਇਆ। ਸੋ ਓਮ ਗਲੋਬਲ ਨੇ ਫਾਈਨਲੀ ਵੀਜ਼ਾ ਲੈਤਾ ਤੁਹਾਨੂੰ। ਸੋ ਸਰਵਿਸ ਬਾਰੇ ਕੀ ਕਹਿਣਾ ਚਾਹੋਗੇ? ਫਾਈਨ। ਕਿੰਨੇ ਦਿਨ ਚ ਵੀਜ਼ਾ ਲੱਗ ਗਿਆ ਤੁਹਾਡਾ? 15 ਦਿਨ ਚ ਵੀਜ਼ਾ ਲੱਗ ਗਿਆ। ਪੈਸੇ ਵੀਜ਼ੇ ਤੋਂ ਪਹਿਲਾਂ ਜਾਂ ਬਾਅਦ ਚੋਂ? ਸੋ ਪੈਸੇ ਵੀ ਅਕਸਰ ਅਸੀਂ ਕਹਿੰਦੇ ਹਾਂ ਪੈਸੇ ਤੋਂ ਵੀਜ਼ਾ ਲੱਗਣ ਤੋਂ ਬਾਅਦ। ਸੋ ਇਹ ਸਕਸੈਸ ਸਟੋਰੀ ਤੁਹਾਡੇ ਨਾਲ ਇੱਕ ਹੋਰ ਸ਼ੇਅਰ ਕੀਤੀ ਹੈ, ਪੈਸੇ ਦਿੱਤੇ ਹੈ ਜੀ ਵੀਜ਼ਾ ਲੱਗਣ ਤੋਂ ਬਾਅਦ। ਜੇਕਰ ਤੁਹਾਡੀ ਪ੍ਰੋਫਾਈਲ ਦੇ ਵਿੱਚ ਵੀ ਗੈਪ ਆ ਚੁੱਕਾ, ਪਰਸੈਂਟੇਜ ਘੱਟ ਹੈ, ਜਾਂ ਆਇਲਸ 6 ਓਵਰਆਲ ਹੈ, 2 ਚ 5.5 ਹੈ, ਕਿਸੇ 5 ਜਾਂ 4.5 ਹੈ, ਤੁਸੀਂ ਵੀ ਇਹਨਾਂ ਵਾਂਗ ਆਪਦਾ ਕੈਨੇਡਾ ਦਾ ਵੀਜ਼ਾ ਹਾਸਲ ਕਰ ਸਕਦੇ ਹੋ। ਜੈਨੂਇਨ ਇਨਟੇਕ 'ਚ ਦਾਖਲਾ ਲੈ ਸਕਦੇ ਹੋ, ਪੈਸੇ ਦੇ ਸਕਦੇ ਹੋ ਵੀਜ਼ਾ ਲੱਗਣ ਤੋਂ ਬਾਅਦ। ਧੰਨਵਾਦ।